ਤੁਸੀਂ ਦੇਖ ਰਹੇ ਹੋ ਪਬਲਿਕ ਸਪੋਰਟ ਨਿਊਜ਼ ਫੋਕਸ ਤਾਂ ਮੈਂ ਤੁਹਾਡੇ ਨਾਲ ਪੂਜਾ ਰਾਣੀ ਅੱਜ ਅਸੀਂ ਆਏ ਹਾਂ ਜ਼ਿਲ੍ਹਾ ਹੁਸ਼ਿਆਰਪੁਰ ਦੇ ਸ਼ਹਿਰ ਦਸੂਆ ਦੇ ਨਾਲ ਲੱਗਦੇ ਪਵਿੱਤਰ ਸਥਾਨ ਗੁਰਦੁਆਰਾ ਗਰਨਾ ਸਾਹਿਬ ਵਿਖੇ ਜਿੱਥੇ ਕਿ ਤਾਰਾ ਸਿੰਘ ਸੱਲਾ ਜੀ ਦੇ ਪੋਤਰੇ ਅਤੇ ਬਲਦੇਵ ਸਿੰਘ ਸੱਲਾ ਜੀ ਦੇ ਛੋਟੇ ਪੁੱਤਰ 3 ਸਾਲਾਂ ਬਾਅਦ ਅਮਰੀਕਾ ਤੋਂ ਇੰਡੀਆ ਵਾਪਸ ਆਏ ਹਨ ਇਸ ਦਾ ਕਾਰਨ ਇਹ ਹੈ ਕਿ ਉਹਨਾਂ ਦੇ ਘਰ ਇੱਕ ਨੰਨੀ ਬੱਚੀ ਨੇ ਜਨਮ ਲਿਆ ਹੈ ਤੇ ਇਸੇ ਖੁਸ਼ੀ ਵਿੱਚ ਉਹਨਾਂ ਨੇ ਗੁਰਦੁਆਰਾ ਸਾਹਿਬ ਵਿੱਚ ਅਖੰਡ ਪਾਠ ਰਖਵਾਇਆ ਅਤੇ ਗੁਰੂ ਜੀ ਦਾ ਸ਼ੁਕਰਾਨਾ ਕਰਨ ਵਾਸਤੇ ਇੱਥੇ ਪਹੁੰਚੇ ਹਨ ਤੇ ਉਹ ਅਸੀਂ ਗੱਲ ਕਰਦੇ ਹਾਂ ਤਾਰਾ ਸਿੰਘ ਸੱਲਾ ਜੀ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਇਹ ਪਵਿੱਤਰ ਸਥਾਨ ਜਿੱਥੇ ਕਿ ਅੱਜ ਅਸੀਂ ਸੁਖਮਨੀ ਸਾਹਿਬ ਦਾ ਪਾਠ ਹੋਏ ਹਨ ਕੀਰਤਨ ਹੋਇਆ ਹੈ ਸੰਗਤਾਂ ਨੇ ਪ੍ਰਚਾਰ ਸੁਣਿਆ ਸਾਡੇ ਪ੍ਰਚਾਰਕ ਪਾਸੋਂ ਸੋ ਅਸੀਂ ਬੜੇ ਵਡਭਾਗੇ ਹਾਂ ਕਿ ਸਾਡੇ ਬੱਚੇ ਬਾਹਰ ਜਿਹੜੇ ਗਏ ਨੇ ਉਹਨਾਂ ਨੂੰ ਆਪਣੀ ਧਰਤੀ ਨਾਲ ਅਜੇ ਵੀ ਪਿਆਰ ਹੈ ਬੱਚੀ ਨੇ ਜਨਮ ਲਿਆ ਪਹਿਲੀ ਵਾਰ ਬੱਚੀ ਸਾਡੀ ਪੜਪੋਤੀ ਮੇਰੀ ਜਿਹੜੀ ਕਿ ਪਹਿਲੀ ਵਾਰ ਹਿੰਦੁਸਤਾਨ ਦੇ ਵਿੱਚ ਆਈ ਹੈ ਸੋ ਅਸੀਂ ਸਾਰਿਆਂ ਪਰਿਵਾਰ ਸਾਰੇ ਰਿਸ਼ਤੇਦਾਰ ਆਸ਼ੀਰਵਾਦ ਲੈਣ ਕੇ ਗੁਰੂ ਮਹਾਰਾਜ ਜੀ ਦਾ ਲੈਣ ਵਾਸਤੇ 6ਵੇਂ ਪਾਤਸ਼ਾਹ ਜੀ ਦਾ ਇੱਥੇ ਅੱਜ ਸੁਖਮਨੀ ਸਾਹਿਬ ਦੇ ਪਾਠ ਕਰਾਏ ਨੇ ਅਤੇ ਸੰਗਤਾਂ ਦੇ ਜੋ ਸੇਵਾ ਕੀਤੀਆਂ ਨੇ ਸਾਡੇ ਪਰਿਵਾਰ ਨੇ ਉਹ ਅਸੀਂ ਬਹੁਤ ਬਹੁਤ ਸੰਗਤਾਂ ਜਿਹੜੀਆਂ ਆਈਆਂ ਧੰਨਵਾਦੀਆਂ ਜਿੰਨੇ ਵੀ ਸਾਡੇ ਵੀਰ ਇੱਥੇ ਪੈਣਾ ਆਏ ਨੇ ਅਸੀਂ ਉਹਨਾਂ ਦਾ ਤਹਿਲ ਦਿਲ ਤੋਂ ਸ਼ੁਕਰਗੁਜ਼ਾਰ ਹਾਂ ਕਿ ਉਹਨਾਂ ਨੇ ਸਾਡੇ ਇਸ ਖੁਸ਼ੀ ਦੇ ਮੌਕੇ ਆ ਕੇ ਸਾਨੂੰ ਦਰਸ਼ਨ ਦਿੱਤੇ ਨੇ ਸੋ ਗੁਰੂ ਮਹਾਰਾਜ ਜੀ ਦਾ ਆਸ਼ੀਰਵਾਦ ਲਿਆ ਹੈ ਸੋ ਅਸੀਂ ਗੁਰੂ ਮਹਾਰਾਜ ਅੱਗੇ ਬੇਨਤੀ ਕਰਨੇ ਹਾਂ ਅਰਦਾਸ ਕਰਨੇ ਹਾਂ ਸਾਰਾ ਪਰਿਵਾਰ ਕਿ ਸਾਡਾ ਪਰਿਵਾਰ ਜਿਹੜਾ ਬਾਹਰ ਜਿੱਥੇ ਚੜ੍ਹਦੀ ਕਲਾ ਵੱਲ ਅੱਗੇ ਹੈ ਫਿਰ ਵੀ ਸਾਡਾ ਪਰਿਵਾਰ ਹੋਰ ਵੀ ਚੜ੍ਹਦੀ ਕਲਾ ਵੱਲ ਜਾਏ ਜਿੱਥੇ ਕਿ ਵੱਡੇ ਵੱਡੇ ਕਾਰੋਬਾਰ ਉਹਨਾਂ ਨੇ ਕਿਤੇ ਬਾਹਰ ਜਾ ਕੇ ਆਪਣਾ ਨਾਮ ਰੋਸ਼ਨ ਕੀਤਾ ਹੈ ਆਪਣੇ ਬਾਜੀ ਦਾ ਆਪਣੇ ਪਿਤਾ ਦਾ ਆਪਣੇ ਪਰਿਵਾਰ ਦਾ ਨਾਮ ਰੋਸ਼ਨ ਕੀਤਾ ਹੈ ਉੱਥੇ ਇੱਥੇ ਵੀ ਜਿਹੜਾ ਗੁਰੂ ਮਹਾਰਾਜ ਦੀ ਬਹੁਤ ਮਿਹਰ ਹੈ ਇੱਥੇ ਵੀ ਉਹਨਾਂ ਦਾ ਨਾਮ ਰੋਸ਼ਨ ਹੈ ਇੱਥੇ ਵੀ ਤਾਂ ਗੁਰੂ ਮਹਾਰਾਜ ਦੀ ਮਿਹਰ ਹੈ ਕਿ ਇੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜੋ ਆਸ਼ੀਰਵਾਦ ਸਾਨੂੰ ਮਿਲਿਆ ਉਹਦੀ ਸੇਵਾ ਕਰ ਰਹੇ ਹਾਂ ਆਪਣੇ ਤਨ ਮਨ ਅਤੇ ਧਨ ਦੇ ਨਾਲ ਸੋ ਮਹਾਰਾਜ ਕਿਰਪਾ ਕਰੇ ਕਿ ਸਾਡਾ ਪਰਿਵਾਰ ਹੋਰ ਵੀ ਸੁਖੀ ਰਹੇ ਅਤੇ ਸੇਵਾ ਕਰਦਾ ਰਹੇ ਗੁਰੂ ਮਹਾਰਾਜ ਦੀ ਗੁਰੂ ਮਹਾਰਾਜ ਦੀਆਂ ਸ਼ੀਸ਼ਾਂ ਪ੍ਰਾਪਤ ਕਰਦਾ ਰਹੇ ਸੋ ਮੈਂ ਬਹੁਤ ਧੰਨਵਾਦੀ ਹਾਂ ਸਾਰੇ ਆਏ ਸੱਜਣਾਂ ਦਾ ਰਿਸ਼ਤੇਦਾਰਾਂ ਦਾ ਜਿਹੜੇ ਵੀ ਇੱਥੇ ਸੰਗਤ ਆਈ ਹੈ ਸਾਰੀ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰ ਤੁਹਾਡੇ ਘਰ ਨੰਨੀ ਬੱਚੀ ਨੇ ਜਨਮ ਲਿਆ ਹੈ ਤੁਸੀਂ ਇਸ ਬਾਰੇ ਕੀ ਕਹਿਣਾ ਚਾਹੁੰਦੇ ਹੋ ਮੈਂ ਚਾਹੁੰਦਾ ਕਿ ਸਾਰੇ ਨਿਆਣੇ ਗੁਰਸਿੱਖ ਹੋਣ ਰੱਬ ਨਾਲ ਜੁੜਨ ਪੰਜਾਬ ਆਵੇ ਆਪਣੇ ਧਰਤੀ ਨਾਲ ਜੁੜਨ ਅਤੇ ਸਾਰੇ ਇਕੱਠੇ ਰਹਿਣ ਪਰਿਵਾਰ ਸਾਰੇ ਖੁਸ਼ ਰਹਿਣ ਅਤੇ ਸਾਰੇ ਮਤਲਬ ਮਿਲੇ ਜੁੜੇ ਸਭ ਕੁਛ ਇਕੱਠੇ ਕਰਨ ਖੁਸ਼ ਰਹਿਣ ਸਾਰੇ ਆਪਣੇ ਘਰ ਥੈਂਕ ਯੂ ਸਰ ਕਿਉਂ ਅਸੀਂ ਗੱਲ ਕਰਦੇ ਹਾਂ ਸੱਲਾ ਪਰਿਵਾਰ ਦੇ ਮੈਨੇਜਰ ਸਾਹਿਬ ਨਾਲ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ ਅੱਜ ਸਰਦਾਰ ਤਾਰਾ ਸਿੰਘ ਜੀ ਦੇ ਬੇਟੇ ਸਰਦਾਰ ਬਲਦੇਵ ਸਿੰਘ ਅਤੇ ਉਹਨਾਂ ਦੇ ਬੇਟੇ ਜਿੰਮੀ ਅਸੀਂ ਨਿਕ ਨੇਮ 'ਚ ਜਿੰਮੀ ਕਹਿੰਦੇ ਹਾਂ ਉਹਨਾਂ ਦੇ ਗੁਰਵਿੰਦਰ ਸਿੰਘ ਜਿਨ੍ਹਾਂ ਦੀ ਬੇਟੀ ਨੇ ਜਨਮ ਲਿਆ ਅਮਰੀਕਾ ਦੇ ਵਿੱਚ ਸੋ ਅੱਜ 3 ਤੋਂ 4 ਸਾਲ ਬਾਅਦ ਇੱਥੇ ਇੰਡੀਆ ਪਰਤੇ ਨੇ ਅਤੇ ਦੇਖੋ ਜ਼ਿਆਦਾਤਰ ਕੀ ਹੁੰਦਾ ਹੈ ਜ਼ਿਆਦਾਤਰ ਲੋਕ ਜਦੋਂ ਬਾਹਰੋਂ ਆਉਂਦੇ ਨੇ ਰੈਸਟੋਰੈਂਟ ਹੋਟਲ ਰੈਸਟੋਰੈਂਟ ਉਹਦੇ ਵਿੱਚ ਸ਼ਰਾਬਾਂ ਮੀਟ ਦਾ ਇਹਦਾ ਪਾਰਟੀ ਕਰਦੇ ਨੇ ਪਰ ਉਹਨਾਂ ਨੂੰ ਤਿਆਗ ਕੇ ਗੁਰੂ ਮਹਾਰਾਜ ਦੇ ਚਰਨੀ ਲੱਗ ਕੇ ਉਹਨਾਂ ਦਾ ਆਸ਼ੀਰਵਾਦ ਲਿਆ ਸੋ ਬਹੁਤ ਵਧੀਆ ਹੈ ਦੁਨੀਆ ਨੂੰ ਵੀ ਸੇਧ ਹੈ ਮੈਂ ਆਪਣੇ ਵੱਲੋਂ ਬਹੁਤ ਵਧਾਈ ਦਿੰਦਾ ਹਾਂ ਅਤੇ ਸਾਨੂੰ ਸੇਧ ਲੈਣੀ ਚਾਹੀਦੀ ਹੈ ਓਕੇ ਥੈਂਕ ਯੂ ਸਰ ਕਿਉਂ ਅਸੀਂ ਗੱਲ ਕਰਦੇ ਹਾਂ ਮਾਨਪੁਰ ਤੋਂ ਸਰਪੰਚ ਸਾਹਿਬ ਜੀ ਦੇ ਨਾਲ ਅਤੇ ਉਹ ਕੀ ਕਹਿਣਾ ਚਾਹੁੰਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਕਹਿਣਾ ਚਾਹੁੰਦਾ ਹਾਂ ਸਾਡੇ ਚਾਚਾ ਜੀ ਸਰਦਾਰ ਜਥੇਦਾਰ ਤਾਰਾ ਸਿੰਘ ਜੀ ਨੂੰ ਮਹਾਰਾਜ ਨੇ ਪੜਪੋਤਰੀ ਦੀ ਦਾਤ ਬਖਸ਼ੀ ਹੈ ਜੋ ਕਿ ਉਹਦਾ ਸ਼ੁਕਰਾਨਾ ਕਰਨ ਵਾਸਤੇ ਗਰਨਾ ਸਾਹਿਬ ਗੁਰਦੁਆਰਾ ਸਾਹਿਬ ਸੁਖਮਨੀ ਸਾਹਿਬ ਦੇ ਪਾਠ ਕਰਾਏ ਹਨ ਮੈਂ ਕਹਿੰਦਾ ਹਾਂ ਵੀ ਇਹ ਜਿਹੜੀ ਵੀ ਦੇਣ ਸੀ ਇਹ ਸਾਡੇ ਚਾਚਾ ਜਥੇਦਾਰ ਤਾਰਾ ਸਿੰਘ ਦੀ ਦੇਣ ਹੈ ਕਿਉਂਕਿ ਆਪਣੇ ਪਰਿਵਾਰ ਨੂੰ ਗੁਰਮੁਖ ਨਾਲ ਗੁਰਬਾਣੀ ਨਾਲ ਜੋੜ ਕੇ ਰੱਖਿਆ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਥੈਂਕ ਯੂ ਤੇ ਆਓ ਅਸੀਂ ਗੱਲ ਕਰਦੇ ਹਾਂ ਨੰਨੀ ਮੁੰਨੀ ਬੱਚੀ ਦੇ ਚਾਚਾ ਜੀ ਦੇ ਨਾਲ ਕਿ ਉਹ ਕੀ ਕਹਿਣਾ ਚਾਹੁੰਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਬਹੁਤ ਬਹੁਤ ਖੁਸ਼ ਹਾਂ ਕਿ ਧੰਨਵਾਦੀ ਹਾਂ ਮੇਰੇ ਸਾਰੇ ਆਏ ਸੰਗਤਾਂ ਦਾ ਜੋ ਇੱਥੇ ਆਏ ਨੇ ਮੇਰੇ ਵੀਰ ਜੀ ਆਏ ਨੇ ਬਾਹਰੋਂ ਆਪਣੀ ਬੇਟੀ ਲੈ ਕੇ ਪਹਿਲੀ ਵਾਰ 3 ਸਾਲ ਬਾਅਦ ਅਤੇ ਉਹ ਉਹਨਾਂ ਦੇ ਦਿਲ 'ਚ ਚਾਹ ਸੀ ਕਿ ਜਦੋਂ ਮੇਰੇ ਬੇਟੀ ਹੋਵੇ ਤਾਂ ਮੈਂ ਇੱਥੇ ਆ ਕੇ ਇੱਥੇ ਸੁਖਮਨੀ ਸਾਹਿਬ ਦਾ ਪਾਠ ਕਰਾਵਾਂ ਅਤੇ ਉਹ ਅੱਜ ਸੰਪੂਰਨ ਹੋਇਆ ਅਤੇ ਇਹਨਾਂ ਨੇ ਸਾਰੀਆਂ ਸੰਗਤਾਂ ਨੂੰ ਆਪਣਾ ਜਲ ਪ੍ਰਸ਼ਾਦ ਛਕਾਇਆ ਅਤੇ ਸਾਰਿਆਂ ਨੂੰ ਮੈਂ ਜੀਆ ਕਹਿੰਦਾ ਹਾਂ ਅਤੇ ਬਹੁਤ ਬਹੁਤ ਖੁਸ਼ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਉਂ ਅਸੀਂ ਗੱਲ ਕਰਦੇ ਹਾਂ ਗੁਰਦੁਆਰਾ ਸਾਹਿਬ ਜੀ ਦੇ ਮੈਨੇਜਰ ਸਾਹਿਬ ਦੇ ਨਾਲ
वाहेगुरु जी का खालसा वाहेगुरु जी की फतेह। साढ़े मानयोग मैंबर श्रोमणी कमेटी जहदा तारा सिंह सल्ला जिन्हों के पोतरे बार अमेरिका में रेंदे हैं वो विदेश आए हैं इतने इंडिया के उन्होंने पोती ने जो अज तो 3 साल पहला पैदा हुई इंडिया के आई उन्हें गुरद्वारा गरना साहब विखे महाराज का शुकराना किया सुखनी साहब के जाप करवाया लंगर लाया तो संगत का भारी इकट्ठ जो उन्होंने इतने समागम में पहुँचा है। मैं आई संगत का तह दिलों धनवाद करता हाँ तो बापू जी उन्हों का भी धनवाद करता हाँ जिन्होंने अपने पोत्या दोत्या सारा गुरबाणी के नाल जोड़िया है। वाहेगुरू जी का खालसा वाहेगुरू जी कर कृपा तेरे गुण गावां 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 नानक नाम जपत सुख पावा नानक नाम जपत सुख पावा जपत सुख पावा कर कृपा तेरे गुण गावा कर कृपा तेरे गुण गावा कर कृपा तेरे गुण गावा कर कृपा तेरे गुण दाता अंतर जामी तू वड़दाता अंतर जामी सब मेहर